ਕੁਝ ਦਿਨ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ ਅਸੀਂ ਤੁਹਾਡੇ ਲੁਧਿਆਣਾ ਦੇ ਇਸ 53 ਸਾਲਾ ਅਵਤਾਰ ਸਿੰਘ ਦੇ ਨਾਲ ਮੁਲਾਕਾਤ ਕਰਵਾਈ ਸੀ। ਜੀ ਹਾਂ, ਹੁਣ ਇਸ ਖਬਰ ਦਾ ਅਸਰ ਵੇਖਣ ਨੂੰ ਮਿਲ ਰਿਹਾ। ਦਰਅਸਲ ਸਾਬਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਖਬਰ ਤੋਂ ਬਾਅਦ ਬਾਡੀ ਬਿਲਡਰ ਅਵਤਾਰ ਸਿੰਘ ਨੂੰ ਸੱਦਿਆ ਤੇ ਉਹਨਾਂ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ, ਇਸ ਦੇ ਨਾਲ ਉਹਨਾਂ ਅਵਤਾਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਤੇ ਪੰਜਾਬੀਆਂ ਨੂੰ ਉਹਨਾਂ ਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਹੈ। ਸਰਦਾਰ ਅਵਤਾਰ ਸਿੰਘ ਇੱਕ ਤਪਸਵੀ ਹੈ। ਕੋਈ ਵੀ ਸਪੋਰਟਸਮੈਨ ਜਦੋਂ ਨੈਸ਼ਨਲ ਖੇਡਦਾ, ਵਰਲਡ ਚੈਂਪੀਅਨ ਬਣਦਾ, ਉਹਦੇ ਪਿੱਛੇ ਤਪਸ਼ਚਰਿਆ ਹੁੰਦੀ ਹੈ। ਸਵੇਰੇ ਉੱਠਦਾ 4 ਵਜੇ ਅਤੇ ਰਾਤ ਨੂੰ 10 ਵਜੇ ਤੱਕ ਲੋਵਾਂ ਲੋਵਾਂ ਇੱਕੋ ਹੀ ਆਈਡੀਏ ਦੇ ਵਿੱਚ ਇਮਰਸ ਰਹਿੰਦਾ, ਤਾਂ ਹੀ ਉਹ ਵਰਲਡ ਚੈਂਪੀਅਨ ਬਣਦਾ। ਮੈਂ ਸਰਦਾਰ ਅਵਤਾਰ ਸਿੰਘ ਦੀ ਸ਼ਲਾਘਾ ਕਰਦਾ। ਸਾਡੀ ਆਨ ਬਾਨ ਸ਼ਾਨ ਹੈ, ਸਾਡੇ ਸਿਰ ਦਾ ਤਾਜ ਹੈ। ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਹੈ ਕਿ ਇਹਦੀ ਹੱਲਾਸ਼ੇਰੀ ਕਰੋ। ਜਿਹੜੇ ਰਾਜ ਦੇ ਵਿੱਚ ਚੰਗਾ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਨਾ ਮਿਲੇ ਅਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਦੰਡ ਨਾ ਮਿਲੇ, ਉਹਦਾ ਤਬਾਹ ਹੋਣਾ ਨਿਸ਼ਚਿਤ ਹੈ। ਅਸੀਂ ਪੰਜਾਬੀਅਤ ਹਾਂ, ਅਸੀਂ ਪੰਜਾਬ ਹਾਂ, ਇਸ ਕਰਕੇ ਹਰ ਉਸ ਬੰਦੇ ਨੂੰ ਜਿਹਨੇ ਪੰਜਾਬ ਦਾ ਨਾਂ ਉੱਚਾ ਕੀਤਾ ਹਲਾਰਾ ਦੇਣਾ ਮੇਰਾ ਵੀ ਫਰਜ਼ ਹੈ, ਤੁਹਾਡਾ ਵੀ ਫਰਜ਼ ਹੈ। ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਖੈਰ, ਲੱਗਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਬਾਡੀ ਬਿਲਡਰ ਅਵਤਾਰ ਸਿੰਘ ਨੂੰ ਲੋੜੀਂਦੀ ਮਦਦ ਜ਼ਰੂਰ ਮਿਲ ਜਾਵੇਗੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90 419 90 419।